जी, वीर जी, वीर जी। ओहो, उधर मम्मी जी ने लोड़ी दा सारा सामान बाहर रख दिता है ते तुसी हाले तक इत्थे सुत्ते होए हो। ओपू ये सो लैण दे, क्यों दुखी कीता होया ई? ठहर जा, तेनू ज्यादा बोलना नहीं आ गया। मैं हुने पापा नु बुलाउंदी आ। पापा, पापा। उठो भरा, उठते पए हां। पापा ने तानू डैडी तो डरना था, फिर डरी जाओ, मैनू क्यों डरोंदे? तू कुछ ज्यादा नहीं बोलन लग गया टिड्डिया जिहा? सारे दोस्त तेरे पतंगा डोंडे आ, तू अजे सुता पिया। हौली। अच्छा निक्की, प्रीत किथे है? ਉਹ ਬਾਹਰ ਬੈਠੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ, ਹੁਣ ਤੇ ਬੜੀ ਛੇਤੀ ਆਣਗੇ। ਦੀਦਾਰ ਕਿੱਥੇ ਹੈ? ਉਹ ਆ ਗਏ। ਉੱਥੇ ਕੀ ਕਰਦਾ ਹੈ? ਇੱਥੇ ਆ। ਮੰਮੀ, ਇੰਨਾ ਸਮਾਨ? ਪੁੱਤ, ਅੱਜ ਲੋਹੜੀ ਹੈ। ਤੇ ਲੋੜੀ ਆ, ਕੋਈ ਸੰਧੂ ਸਾਹਿਬ ਨੇ ਥੋੜੀ ਨਾ ਆਉਣਾ ਜਿਹੜਾ ਇੰਨਾ ਸਮਾਨ ਬਣਾ ਲਿਆ ਜੇ। ਉਹਨਾਂ ਨੇ ਵੀ ਆਣਾ ਹੈ। ਓ ਪਾਪਾ ਜੀ, ਪੀਚਾ ਪੈ ਗਿਆ ਜੇ। ਛੇਤੀ ਦੱਸੋ, ਖਿੱਚ ਮਾਰਾ ਜਾਂ ਢਿੱਲ ਛੱਡਾਂ? ਢਿੱਲ ਨਾ ਛੱਡੀ, ਖਿੱਚ ਮਾਰ ਦੇ ਖਿੱਚ। ਫੇਰ ਨਾ ਮੈਨੂੰ ਕਹੋ ਜੇ ਬਾਹਰ ਗੁੱਡੀ ਹੋ ਗਈ ਤੇ। ਨਹੀਂ ਹੁੰਦੀ, ਖਿੱਚ ਮਾਰ ਦੇ ਖਿੱਚ। ਆਲੋ ਬੋ ਗਈ ਏ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ। ਆਹੋ ਕਰਾ ਦੇ, ਨਾ ਮੇਰਾ ਹੀ ਲੱਗਣਾ ਹੁੰਦਾ। ਅੱਜ ਤੋਂ ਬਾਅਦ ਮੈਂ ਤੁਹਾਨੂੰ ਕਦੇ ਨਹੀਂ ਬੁਲਾਇਆ ਕਰਨਾ। ਦੀਦਾਰ, ਮੈਂ ਕੋਈ ਹੋਰ ਕੰਮ ਕਰ ਲਵਾਂ, ਦੇਖੀ ਕਿਤੇ ਅੱਗ ਦਾ ਸੇਕਾ ਨਾ ਘਟ ਜਾਵੇ। ਮੰਮੀ, ਮੈਨੂੰ ਨਾ ਇਦਾਂ ਦੇ ਕੰਮ ਆਖਿਆ ਕਰੋ। ਓਏ ਵਿਹਲਾ ਬੈਠਾ, ਆਪਣੀ ਮਾਂ ਨਾਲ ਹੈਲਪ ਹੀ ਕਰਾ ਦੇ। ਓਏ ਆਪ ਤਾਂ ਤੂੰ ਸਾਡੇ ਪੈਸਿਆਂ ਨਾਲ ਪਲਣ ਡਿਆ, ਤੇ ਨਿੱਕੇ ਨੂੰ ਕਿੱਦਾਂ ਪਾਲੇਗਾ? ਓਏ ਆ ਮੇਰਾ ਪੁੱਤ, ਓਏ ਗੁੱਡੀਆਂ ਡਾਉਣ ਡਿਆ। ਪਾਪਾ ਜੀ, ਹਮੇਸ਼ਾ ਮੇਰੀਆਂ ਗੁੱਡੀਆਂ ਬੋ ਹੋ ਜਾਂਦੀਆਂ, ਮੇਰੇ ਕੋਲ ਤਾਂ ਡੋੜ ਵੀ ਨਹੀਂ ਹੈਗੀ। ਤੇਰੀਆਂ ਗੁੱਡੀਆਂ ਯਾਰ ਬੋ ਹੁੰਦੀਆਂ, ਹੋਰ ਕਿਸੇ ਦੀ ਨਹੀਂ ਹੁੰਦੀਆਂ। ਉਹ ਦੀਦਾਰ, ਤੇਰੇ ਕੋਲ ਤਾਂ ਪੈਸੇ ਹੋਣੇ ਨੀਗੇ, ਐਲਾ ਫੜ, ਤੂੰ ਮੇਰੇ ਕੋਲ ਪੈਸੇ ਲੈ ਜਾ, ਜਿਹੜੀਆਂ ਗੁੱਡੀਆਂ ਡੋਰਾ ਮੰਗਦਾ ਤੈਨੂੰ ਲੈ ਦੇ। ਟਿੰਗ 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 ਟਿੰਗ। ਹੁਣੇ ਤੇ ਕਹਿੰਦਾ ਮੈਂ ਤੈਨੂੰ ਬੁਲਾਉਣਾ ਨਹੀਂ ਆ, ਹੁਣ ਬੜੀਆਂ ਜੱਫੀਆਂ ਪਾਉਣਾ, ਚੱਲ। ਚੱਲ ਆ, ਤੈਨੂੰ ਲੈ ਕੇ ਦੇਵਾਂ। ਹੌਲੀ ਹੌਲੀ ਪੁੱਤੇ, ਹੌਲੀ ਹੌਲੀ। Fresh Monster. ਗੁੱਡੀਆਂ! ਓ ਨਿੱਕੇ, ਧਿਆਨ ਨਾਲ, ਸੜ ਤਾਂ ਨਹੀਂ ਲੱਗੀ? ਓ ਵੀਰ ਜੀ, ਨਹੀਂ ਟੁੱਟੀ। ਪਾਜੀ ਆਦੀ ਲੱਟਾ ਜੀ। ਸਤਿ ਸ੍ਰੀ ਅਕਾਲ ਪਾਜੀ। ਹਾਂਜੀ, ਹੁਕਮ। ਗੱਟੂ ਹੈਗਾ ਜੀ? ਓ ਪਾਜੀ, ਕੀ ਇਸ਼ਾਰੇ ਕਰੀ ਜਾਂਦੇ ਹੋ? ਓ ਮੈਂ ਦੱਸੋ, ਤੁਹਾਨੂੰ ਕੋਈ ਪੁਲਿਸ ਵਾਲਾ ਲੱਗਣ ਡਿਆ? ਤੂੰ ਦੱਸ, ਮੈਂ ਕੋਈ ਪੁਲਿਸ ਵਾਲਾ ਲੱਗਣ ਡਿਆ? ਮਹਾਰਾਜ, ਪਤਾ ਕੀ ਗੱਲ ਹੈ, ਗੱਟੂ ਤੇ ਹੈਗਾ ਪਰ ਥੋੜਾ ਜਿਹਾ ਮਹਿੰਗਾ ਹੈ। ਓ ਪੈਸੇ ਦੀ ਕੋਈ ਗੱਲ ਨਹੀਂ, ਪੈਸਾ ਬੋਲ ਸਾਡੇ ਕੋਲ। ਦਰਅਸਲ ਮੇਰੀ ਗੁੱਡੀ ਬੋ ਹੋ ਜਾਂਦੀ, ਮੈਂ ਤਾਂ ਗੱਟੂ ਲੈਣਾ ਸੀ। ਓ ਕੋਈ ਗੱਲ ਨਹੀਂ, ਚੀਜ਼ ਤਾਂ ਇਹੋ ਜਿਹੀ ਦਵਾਂਗੇ, ਯਾਦ ਕਰੋਗੇ ਤੁਸੀਂ। ਓ ਛੋਟੇ, ਓ ਖਾ ਜਰਾ ਭਾਜੀ ਨੂੰ ਸੈਂਪਲ। ਭਾਜੀ, ਡੋਰ ਅਸਲੀ ਆ? ਓ ਬਿਲਕੁਲ ਅਸਲੀ ਆ ਜੀ, ਡੋਰ ਤਾਂ ਅਸਲੀ ਆ ਪਰ ਮੈਂ ਨਕਲੀ ਆ। ਗੱਲ ਕਰਦੇ ਹੋ ਜਨਾਬ? ਮੇਰੀ ਗੱਲ ਆ ਮੁਲਾਜ਼ਮਾ, ਆਪਾਂ ਬਹਿ ਕੇ ਗੱਲ ਕਰਦੇ ਹੋ? ਉਹ ਸਰ ਜੀ, ਮੇਰੀ ਖਾਲੇ ਬੰਦੇ ਨੂੰ ਤੂੰ ਅੰਦਰ ਆ ਓਏ, ਨਾ ਚਾਈਨਾ ਡੋਰ ਵੇਚਣ ਦਾ ਏ। ਉਹ ਜਨਾਬ ਲੈ ਜਾ ਇਹਨੂੰ ਜਨਾਬ, ਚਾਈਨਾ ਡੋਰ ਨਹੀਂ ਵਰਤਣੀ। ਹਾਂਜੀ ਠੀਕ ਹੈ ਜੀ। ਪਾਪਾ, ਮੈਂ ਡੋਰ ਲੈਣੀ ਆ। ਨਹੀਂ ਬੇਟਾ, ਉਹ ਵੇਖਿਆ ਨਾ ਪੁਲਿਸ ਵਾਲੇ ਅੰਕਲ ਆ ਗਏ। ਨਹੀਂ, ਮੈਂ ਡੋਰ ਲੈਣੀ ਆ। ਨਹੀਂ, ਮੈਂ ਕਿਤੇ ਹੋਰ ਲੈ ਕੇ ਦੇਊਂਗਾ ਨਾ। ਹਾਂ ਚੱਲ ਆ, ਫਿਰ ਗੱਡੀ ਮੈਂ ਚਲਾਉਂਗਾ। ਚੱਲ ਤੂੰ ਚਲਾ ਲਈ, ਠੀਕ ਹੈ। ਤੂੰ ਇੱਥੋਂ ਚਲਾਏਗਾ ਤੇ ਫਿਰ ਮੈਂ ਕਿੱਦਾਂ ਚਲਾਉਂਗਾ? ਇੱਥੇ ਰੱਖ ਕੇ ਬੂਮ ਬੂਮ ਕਰੀ ਜਾ, ਠੀਕ ਹੈ। ਮਾਨੋ, ਮਾਨੋ, ਇਸ ਕਮਰੇ ਦੀ ਸਫਾਈ ਕਰ ਲੈ, ਪ੍ਰਾਹੁਣਿਆਂ ਦਾ ਆਉਂਦਾ ਟਾਈਮ ਹੋ ਗਿਆ। ਤੇ ਜਿਹੜਾ ਅਸੀਂ ਉੱਪਰ ਸਮਾਨ ਨਹੀਂ ਬਣਾਇਆ ਸੀ ਸਵੇਰੇ, ਉਹ ਵੀ ਸਾਰਾ ਥੱਲੇ ਲਿਆ। ਤੇ ਨਿੱਕੀ ਕਿੱਥੇ ਹੈ? ਨਿੱਕੀ,
ਨਿੱਕੀ ਨਿੱਕੀ ਤੂੰ ਹਾਲੇ ਤੱਕ ਤਿਆਰ ਨਹੀਂ ਹੋਈ। ਮੰਮਾ ਮੈਂ ਨਾ ਬ੍ਰੈਡ ਲਗਾ ਰਹੀ ਆ, ਨਿੱਕੇ ਨੂੰ ਬ੍ਰੈਡ ਪਸੰਦ ਆ ਨਾ ਉਹਦੇ ਵਾਸਤੇ। ਤੇ ਬ੍ਰੈਡ ਬਣਾ ਕੇ ਛੇਤੀ ਛੇਤੀ ਤਿਆਰ ਹੋ ਜਾ, ਤੇ ਨਾਲੇ ਮੈਂ ਦਦਾ ਨੂੰ ਫੋਨ ਕਰਕੇ ਪੁੱਛਦੀ ਆ ਹਾਲੇ ਤੱਕ ਕਿੱਥੇ ਪਹੁੰਚਿਆ। ਸੁਣਦੇ ਨਹੀਂ? ਓਹੋ ਸਾਰੀ ਦਿਹਾੜੀ ਫੋਨ ਨਾਲ ਲੱਗੇ ਰਹਿੰਦੇ ਹੋ। ਉਹ ਫੋਨ ਦਿਓ, ਦੀਦਾਰ ਨੂੰ ਪੁੱਛਣਾ ਕਿੱਥੇ ਪਹੁੰਚਿਆ। ਨਿੱਕੂ ਨਿੱਕੂ ਡਾਕਟਰ ਸਾਹਿਬ, ਹਾਂ ਡਾਕਟਰ ਸਾਹਿਬ ਚੈੱਕ ਕਰ ਲੈ, ਨਿੱਕੂ ਬੋਲਦਾ ਜਿਹੜਾ ਹਾਰਟ ਬੀਟ ਚੈੱਕ। ਨਿੱਕੂ ਹਾਂ ਤੁਸੀਂ ਹੌਸਲਾ ਰੱਖੋ, ਆਪਰੇਸ਼ਨ ਥੀਏਟਰ ਰੈਡੀ ਕਰੋ, ਹਰੀ ਹਰੀ ਆਪ ਜਲਦੀ ਜਲਦੀ। ਨਿੱਕੂ ਹਾਂ ਦੀਦਾਰ, ਪੁੱਤ ਕਿੱਥੇ ਪਹੁੰਚਿਆ? ਮਾਂ ਆਪਣਾ ਨਿਕਾਹ ਗੁੱਡੀਆਂ ਨੂੰ ਵੇਖ ਕੇ ਜਿੱਦ ਕਰਦਾ ਸੀ ਕਿ ਮੈਂ ਗੁੱਡੀਆਂ ਡਾਉਣੇ ਨੇ, ਤੇ ਅਸੀਂ ਮਾਮਾ ਜੀ ਘਰ ਆ ਗਏ ਹਾਂ, ਬਸ ਨਿਕਲ ਲੱਗੇ ਹਾਂ ਇੱਥੋਂ ਜਲਦੀ। ਚੱਲ ਪੁੱਤ ਟਾਈਮ ਨਾਲ ਆ ਜਿਓ, ਪ੍ਰਾਹੁਣੇ ਵੀ ਆਉਣ ਹੀ ਵਾਲੇ ਨੇ। ਠੀਕ ਮਾਂ ਠੀਕ। ਡਾਕਟਰ ਸਾਹਿਬ ਮੇਰਾ ਨਿੱਕੂ। ਕੋਈ ਨਾ ਹੌਸਲਾ ਰੱਖੋ, ਹਾਰਟ ਬੀਟ ਤਾਂ ਹਲੇ ਨੋਰਮਲ ਹੈ, ਬਟ ਆਈ ਐਮ ਵਰੀਡ ਕਿ ਘੱਟ ਜ਼ਿਆਦਾ ਕਹਿ ਰਿਹਾ। ਲੈਟਸ ਸੀ। ਘਰ ਤਾਂ ਇਹੀ ਜਾਪਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ? ਤੁਸੀਂ ਇੱਥੇ ਬੈਠ ਜਾਓ। ਆਓ ਬੀਜੀ, ਇਹ ਸਬਜ਼ੀ ਵੀ ਲਓ। ਲਿਆਓ ਮੈਂ ਚੌਲ ਪਾ ਦਿੰਦੀ ਹਾਂ। ਨਿੱਕੂ ਡਾਕਟਰ ਸਾਹਿਬ ਮਸ਼ੀਨ ਆਵਾਜ਼ ਕਿਉਂ ਕਰਨ ਲੱਗੀ? ਤੁਸੀਂ ਇੱਕ ਮਿੰਟ ਬਾਹਰ ਜਾਓ, ਮੈਂ ਤੁਹਾਨੂੰ ਬੁਲਾਉਂਦਾ, ਤੁਸੀਂ ਬੈਠੋ। ਮੇਰੇ ਵੱਲ ਤੇ ਸਵੇਰ ਦਾ ਕੋਈ ਨਹੀਂ ਆਇਆ। ਮੈਂ ਰੁਕੋ ਪੁੱਛਦੀ ਆ। ਵੀਰ ਜੀ ਕਿੱਥੇ ਹੋ ਤੁਸੀਂ? ਮੰਮੀ ਨੂੰ ਦੱਸਿਆ ਤਾਂ ਹੈ, ਮਾਮੇ ਘਰ ਆ। ਪਰ ਮਾਮਾ ਜੀ ਤੇ ਇੱਥੇ ਨੇ। ਦੱਸਿਆ ਨਾ ਬਾਹਰ ਆ ਕਿਤੇ, ਆ ਜਾਾਂਗੇ। ਵੀਰ ਜੀ ਸੱਚੀ ਦੱਸੋ, ਗੱਲ ਕੀ ਹੈ? ਨਿੱਕੀ ਆਪਣਾ ਨਿੱਕੂ। ਓਹੋ ਮੈਨੂੰ ਕੁਛ ਨਹੀਂ ਸਮਝ ਆ ਰਿਹਾ, ਚਲੋ ਛੱਡ ਜੋ ਵੀ, ਤੁਸੀਂ ਨਾ ਜਲਦੀ ਆ ਜਾਓ, ਅਸੀਂ ਸਾਰੇ ਮਿਲ ਕੇ ਲੋਹੜੀ ਮਨਾਉਣ ਲੱਗੇ ਹਾਂ। ਡਾਕਟਰ ਸਾਹਿਬ ਦੇਖੋ, ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ, ਲੇਕਿਨ ਬੱਚੇ ਦਾ ਖੂਨ ਬਹੁਤ ਜ਼ਿਆਦਾ ਪੈ ਗਿਆ ਸੀ, ਅਸੀਂ ਬੱਚੇ ਨੂੰ ਬਚਾ ਨਹੀਂ ਸਕੇ। ਸ਼ੁਰੂ ਤੋਂ ਬੜਾ ਸ਼ੌਕ ਹੈ ਨੱਚਣ ਦਾ। ਵੀਰ ਜੀ ਆ ਗਏ। ਮਾਂ ਕਿਸ ਲੋਹੜੀ ਦੀਆਂ ਖੁਸ਼ੀਆਂ ਮਨਾ ਰਹੀ ਹੈ, ਇਸ ਲੋਹੜੀ ਨੇ ਆਪਣਾ ਪੁੱਤ ਖੋਲਿਆ। ਮਾਂ ਇਹ ਵੀ ਤਾਂ ਇੱਕ ਹੱਸਦਾ ਖੇਡਦਾ ਪਰਿਵਾਰ ਸੀ, ਅੱਜ ਅਸੀਂ ਚੁੱਪ ਹਾਂ ਇਹ ਸੋਚ ਕੇ ਕਿ ਸਾਡਾ ਤਾਂ ਬਚਾਅ ਹੈ। ਹਾਦਸੇ ਤਾਂ ਕਿਸੇ ਹੋਰ ਨਾਲ ਹੁੰਦੇ ਹੋਣਗੇ, ਪਰ ਜਿਨ੍ਹਾਂ ਨਾਲ ਹੋਏ ਨੇ ਉਹ ਵੀ ਤਾਂ ਸਾਡੇ ਵਰਗੇ ਹੀ ਸੀ।
ਠੀਕ ਹੈ ਭਾਜੀ ਡਨ ਠੀਕ ਹੈ ਕੋਠੇ ਲੈ ਜੀ ਸੈਟਅਪ ਸਰ ਆਓ ਆਓ ਤੇ ਉਹ ਨਿੱਕੀ ਕਿੱਥੇ ਆ ਨਿੱਕੀ ਆ ਫਿਰ ਆਪਣੀ ਕਿੱਥੇ ਕਿੱਧਰ ਜਾਈਏ।